हेलो। हाँ जी सरपंच साहब, आ गए बंदे, होने लगी है गल, तो लगा मैं काम करवाना। टेंशन नहीं लेनी, कोई गल नहीं। तू ठीक है सरपंच साहब? ओके। वो आ कितों आ गया बेअकला जिहा पिंड साडे। मैंबर साहब की हाल जी? बस बस ठीक ठाक आ। की गल, गुस्से हो? और गुस्सा कादी गल दा? कोई गल दा गुस्सा गुस्सा नहीं हैगा। मैं सुनया यार तेने गड्डी ले ली है। किने? पलविंदर ने। ओए अच्छा, फिर तो उन्हें तो दसिया नहीं, या तो वधाई वाली गल बन गई है। मैं वेखी वीडियो फेसबुक ते, बड़ी वधिया गड्डी आ। ओ दिखा हां भला। आ वेखी माड़ी जी। ਗੱਡੀ ਅਜੇ ਲਈ ਆ, ਗੱਡੀ ਲਵਾਂਗੇ ਅਸੀਂ, ਉਤੋਂ ਉੱਚਾ ਮਾਡਲ ਲੈ ਕੇ ਆਵਾਂਗੇ। ਉਹ ਤਾਂ ਵੈਸੇ ਗੱਡੀ ਪਸੰਦ ਨਹੀਂ ਮੈਨੂੰ, ਬੇਕਾਰ ਜੀ ਗੱਡੀ ਆ, 50,000 ਦੇ ਗੱਡੀ ਕਿਸ਼ਤਾਂ ਤੇ ਆ ਜਾਂਦੀ ਹੈ, ਜਾਂ ਮਰਜ਼ੀ ਗੱਡੀ ਲੈ ਆ। ਬੜੀ ਫੁਕੜੀ ਮਾਰਦਾ ਫੇਸਬੁੱਕ ਤੇ, ਬੜੀ ਵੀਡੀਓ ਬਣਾ ਪਾਏਗਾ ਗੱਡੀ ਦੀ। ਉਹ ਤੇਰਾ ਤਾਂ ਜਿਗਰੀ ਯਾਰ ਵਾ, ਤੂੰ ਕਿਉਂ ਸਰਨ ਡਿਆ ਮੈਂ ਉਹਦੇ ਵੱਲ ਵੇਖ ਕੇ? ਤੇਰੇ ਨਾਲ ਤਾਂ ਸਕੂਲ ਜਾਂਦਾ ਰਿਹਾ ਵਾ, ਉਹ ਕਾਲਜ ਵੀ ਤੁਸੀਂ ਇਕੱਠੇ ਜਾਂਦੇ ਰਹੇ ਜੋ, ਨਾ ਤੇਰੇ ਕੋਲ ਤੇਲ ਪਵਾਉਂਦਾ ਰਿਹਾ ਵਾ, ਮੋਟਰਸਾਈਕਲ ਵੀ ਤੂੰ ਉਹਦਾ ਵਾਹ ਸੁਟਿਆ ਵਾ, ਹੁਣ ਤੱਕ ਤੂੰ ਉਹਦਾ ਮੋਟਰਸਾਈਕਲ ਵਾਹੁਣ ਡਿਆ, ਤੂੰ ਕਿਉਂ ਸਰਦਾ ਵਾ? ਉਹ ਤੈਨੂੰ ਤਾਂ ਖੁਸ਼ ਹੋਣਾ ਚਾਹੀਦਾ ਉਹਦੇ ਵੱਲ ਵੇਖ ਕੇ। ਵਾ ਅਸੀਂ ਵੀ ਗੱਡੀ ਲਵਾਂ ਕੇ ਲਾਇਆ, ਸਾਡੇ ਘਰ ਵੀ ਖੁੱਲਾ ਪੈਸਾ ਆਉਣ ਡਿਆ। ਉਹ ਪਿੱਠ ਪਿੱਛੇ ਗੱਲ ਨੀ ਕਰੀ ਤੁਸੀਂ ਦੀ, ਨਾਲੇ ਤਾਂ ਤੇਰਾ ਜਿਗਰੀ ਯਾਰ ਆ। ਉਹ ਆ ਗਿਆ ਜੀ। ਬੱਲੇ ਕਿੱਧਰ ਆਇਆ ਤੂੰ? ਹੋਰ ਵਧੀਆ ਵਧੀਆ, ਤੂੰ ਸੁਣਾ ਠੀਕ ਸਭ? ਹੋਰ ਚਾਚਾ ਫਿਰ? ਵਧੀਆ ਵਧੀਆ ਪੁੱਤ, ਉਹ ਗੱਡੀ ਤੇ ਲਈ ਆ ਨਾ, ਤੂੰ ਪਾਰਟੀ ਦਿੱਤੀ ਆ, ਪਾਰਟੀ ਤੇ ਕਰ ਲਾ ਹੁਣ। ਕੋਈ ਨੀ ਚਾਚਾ, ਪਾਰਟੀ ਕਰ ਦਾਂਗੇ ਜਰੂਰ ਜਰੂਰ, ਪੱਕਾ ਆਈ ਘਰ ਫਿਰ ਪਾਰਟੀ ਕਰ ਦਾਂਗੇ, ਕੋਈ ਨੀ। ਤੇ ਕਿਹੜੀ ਵੱਡੀ ਗੱਲ ਆ, 50,000 ਦੇ ਗੱਡੀ ਲੈ ਆਈ ਦੀ ਆ, ਨਾਲ ਯਾਰ ਤੇਰੀ ਗੱਡੀ ਸਹੀ ਨਹੀਂ ਆ, ਕੋਈ ਉੱਚਾ ਮਾਡਲ ਲੈ ਕੇ ਆਉਣਾ, ਮੈਨੂੰ ਤੇਰੀ ਗੱਡੀ ਨਹੀਂ ਪਸੰਦ ਆਈ। ਮੂੰਹ ਦੇ ਮਿੱਠੜੇ ਦਿਲ ਦੇ ਕਾਫਰ ਨੇ ਗੱਲ ਗੱਲ ਉੱਤੇ ਬਾਬੇ ਜੀਆਂ ਸੋਹਾਂ ਖਾਂਦੇ ਐਸੇ ਕਾਇਰ ਸਾਹਮਣੇ ਆ ਕੇ ਲੜ ਤਾਂ ਸਕਦੇ ਨਹੀਂ, ਸਦਾ ਹੀ ਪਿੱਠ ਪਿੱਛੇ ਯਾਰੋ ਏ ਚੁਰਾ ਚਲਾਉਂਦੇ। ਉਹ ਯਾਰ ਜਿੰਨੀ ਕਿਸੇ ਦੀ ਪਹੁੰਚ ਉਹਨੇ ਗੱਡੀ ਲੈ ਲੈਣੀ ਹੈ, ਨਾਲੇ ਸਾਨੂੰ ਪਸੰਦ ਸੀ ਗੱਡੀ ਹੈ ਤੇ ਲੈ ਲਈ ਹੈ, ਜਿੰਨਾ ਕੁ ਬਜਟ ਸੀ ਉਨੀ ਕੁ ਲੈ ਲਈ ਹੈ। ਤੂੰ ਤਗੜਾ ਬੰਦਾ ਭਰਾ, ਤੂੰ ਤਗੜੀ ਲੈ ਲਈ, ਅਸੀਂ ਤੇਰੇ ਨਾਲ ਆ ਭਰਾ, ਤੇਰੀ ਗੱਡੀ ਵੀ ਸਾਡੀ ਗੱਡੀ ਆ ਤੇ ਇਹ ਵੀ ਤੇਰੀ ਗੱਡੀ ਆ, ਇਹ ਚ ਕਿਹੜੀ ਮਾਣ ਵਾਲੀ ਗੱਲ ਆ ਭਰਾ। ਉਹ ਜਿੰਨੀ ਕੁ ਕਿਸੇ ਦੀ ਪਹੁੰਚ ਆ, ਤੂੰ ਤਗੜੀ ਲੈ ਲਈ, ਉਹਨੇ ਮਾੜੀ ਗੱਡੀ ਲੈ ਲਈ, ਫਿਰ ਕੀ ਹੋ ਗਿਆ? ਚੱਲ ਠੀਕ ਹੈ ਫਿਰ, ਓਕੇ। ਤੈਨੂੰ ਮੈਂ ਕਿੰਨੀ ਵਾਰੀ ਕਿਹਾ ਵਾ ਕਿ ਇਹ ਬੰਦੇ ਲਾਗੇ ਨਾ ਖਲੋਇਆ ਕਰ, ਤੇਰੀ ਕਿੰਨੀ ਵਾਰੀ ਬਕਤੋਈ ਕਰਤਾ, ਹੁਣ ਵੀ ਤੇਰੀ ਬਕਤੋਈ ਕਰਨ ਡਿਆ ਹੈ ਮੇਰੇ ਸਾਹਮਣੇ। ਕਿੱਦਾਂ ਫਿਰ ਕਿੱਥੇ ਗਿਆ ਤੇਰਾ ਉਸਤਾਦ? ਭਾਜੀ ਨਾ ਬਾਹਰ ਗਏ ਜੇ। ਉਹਦੇ ਨੇ ਗਿਆ ਹੋਣਾ ਵਾ, ਪਤਾ ਮੈਨੂੰ ਕਿਹਦੇ ਨਾਲ ਜਾਂਦਾ ਉਹ। ਮੈਂ ਭਾਜੀ ਨੂੰ ਕਿਹਾ ਉਹਦੇ ਨਾਲ ਨਾ ਜਾਇਆ ਕਰੋ, ਬੰਦਾ ਬੜਾ ਸ਼ਰਾਰਤੀ ਆ। ਭਾਜੀ ਯਾਰ ਹਟਦੇ ਨੀ ਆ, ਜਦੋਂ ਭਾਜੀ ਨੂੰ ਫਸਾਏਗਾ ਨਾ ਫੇਰ ਭਾਜੀ ਨੂੰ ਪਤਾ ਲੱਗਣਾ। ਉਹ ਇੱਕ ਵਾਰੀ ਫਸਿਆ ਵਾ, ਉਹਨੂੰ ਤਾਂ ਬੜੀ ਬੜੀ ਸਮਝਾਇਆ ਵਾ, ਉਹ ਜਾਣ ਕੇ ਟੰਗ ਰੰਦਾ ਵਾ। ਉਹ ਯਾਰ ਇੱਥੇ ਵੀ ਆਇਆ ਸੀ, ਪਿੱਠ ਪਿੱਛੇ ਬੜੀ ਚੁਗਲੀ ਕਰਦਾ ਉਹ। ਉਹ ਮੈਂ ਇੱਕ ਵਾਰੀ ਸਮਝਾਇਆ ਵਾ ਉਹਨੂੰ, ਮੈਂ ਬੜੀ ਬੜੀ ਸਮਝਾਇਆ ਵੀ ਨਾ ਇਹਦੇ ਨਾਲ ਫਿਰਿਆ ਕਰ, ਉਹ ਤਾਂ ਸਾਡੇ ਨਾਲ ਵੀ ਚੁਗਲੀਆਂ ਕਰਦਾ ਰਹਿੰਦਾ ਉਹਦੀਆਂ, ਬਲਵਿੰਦਰ ਦੀਆਂ। ਫਿਰ ਉਹਦੇ ਮੰਮੀ ਡੈਡੀ ਨੂੰ ਵੀ ਬੜਾ ਸਮਝਾਇਆ, ਵੇਖੋ ਹੁਣ ਹਟਦਾ ਕਿ ਨਹੀਂ ਹਟਦਾ। ਯਾਰ ਭਾਜੀ ਇਹ ਵਿਆਹ ਤੋਂ ਵੀ ਸਰਦਾ ਪਿਆ ਸੀ, ਜੇ ਮੈਂ ਇਹ ਗੱਲਾਂ ਸਾਰੀਆਂ ਭਾਜੀ ਨੂੰ ਦੱਸਾਂ ਤੇ ਭਾਜੀ ਫਿਰ ਇਹਦੇ ਹੱਥੀ ਪੈਣ, ਲੜਾਈ ਹੁੰਦੀ ਆ। ਮੈਂ ਤਾਂ ਨਹੀਂ ਦੱਸਦਾ ਕਿ ਭਾਜੀ ਇਹ ਨਾ ਕੱਲ੍ਹ ਨੂੰ ਕਹਿਣਗੇ ਸਾਡੀ ਯਾਰੀ ਵਿੱਚ ਫਿੱਕ ਪਾਉਂਦਾ ਪਿਆ ਹੈ। ਉਹ ਗੱਲ ਤਾਂ ਤੇਰੀ ਸਹੀ ਆ,
पर ये ना मुंडे तू भी समझाई थोड़ा जा, समझ जाएगा तो ठीक है। ओ सरपंच साहब आ ही गए, मैं तो उन्होंने डीकन दिया बड़ी देर दा। मैंबर साहब आ बूटी साफ करा दियो, साडी सरपंचा दी मीटिंग आ, मैं उत्थे चलिया वा। चंगा जी, ए जिम्मेवारी हुण तुहाडी आ। चलो सरपंच आ ठीक आ, मैं करवा लेना, तुसी जाओ फिर। ओए आ ते अपना बंदा आउण दिया पलविंदर, ओ इहनूं मैं बड़ी बड़ी समझाया पी आ मुंडे नाल ना फिरिया कर, इहदे डैडी नूं वी समझाया पी इहदे नाल मुंडे दे नाल भेजिया कर, मुंडा बहुत गंदा वा। ओ आ लैण दे इहनूं इत्थे, ए हटदा नहीं, इहनूं मैं बड़ी बड़ी कहा वा। चाचा जी बस ठीक ठीक आ, पुत की हाल है डैडी दा? बस वधिया ठीक आ। हां वधिया वधिया, तुसी सुनाओ? वधिया सुना, होर सुना की हाल आ? हां जी सब वधिया, होर तुसी सुनाओ सीता? ओ कृपा वा पुत, मेरी साइड तो होके थोड़ी जी गल सुना। मैं तेनू अगे भी कहा ही पी आ बंदे दा सार सार दे, मैं तेनू किन्नी वारी समझाया ही पी ए बंदे ने तेनू अगे भी किन्नी वारी फसाया वा, ते मैं तेरे डैडी नू भी कह चुकिया वा। चाचा कोई गल नहीं, मेरे ना बचपन तो पढ़िया तां करके साथ है, उदा शरारती है बंदा, उदा दिल च कख भी नहीं आए। तेनू फिर फसा देना ही इन्हें। चल कोई गल नहीं, आ गए चलिए। होर सुना? ठीक है चाचा, फिर चलना फिर मैं। चंगा पुत, सरपंच वाल जाना है तां करके। चंगा पुत, फिर घर होंदे भी होके जाए। कोई नहीं, जरूर टाइम लगा, मैं जरूर आ। बहुत लोग जानते हैं, टेंशन नहीं लानी कोई गल दी, काम हो जाएगा तेरा। चलो भाई घर चलिए, तुहानू मैं कागज दिखावा। चल चल फिर, चल चल। नहीं यार पहला सरपंच वालों हुई है, बाद तू करता रही अपने काम। नहीं तू जा यार, मैं आ जाएगा, तू जा, तू सरपंच वालों होया चंगी यार, यार धोखा दे दिया तू। जा यार मन्ना कर, तू जा, मैंने मुंडे ने जाना, मैं तू जा, तू गल समझा कर, तू बाद गल दस ठीक है। इहदे दिल च जरूर कोई ना कोई पाप आ, तां ही इदां करन दिया। आई नहीं हले तक, बड़ा गंदा वा, पिंड दियां कुड़ियां छेड़दा वा। आ जुत्ती फेरी फिर। चाचा काम गलत कीता, तू मुड़े नूं हाथ ला के, सरपंच ने भी ते तू भी, बंदा यार आ मेरा, तू बिना गल तो पुछदा है, इदां दा है नहीं है जिन्ना तू कीता है, तू हुण इहदा वेख लई, फिर नजिठना पैणा तुहानूं, तुहाडे नाल कदी माड़ी नहीं कीती है, तू वेख ला तू।
मेनू भी पता वा ये बंदा किदा दा वा किन्ना के दुध दा तू पिया वा ओ तेरे करके सरपंच ने मेरे ते गल सोड़ दित्ती आ मेरे को प्रूफ हैगे आ ते मैं हुणे गल करे फरावा के ना फरावा बखार केड़े प्रूफ है तरफों देख लेने केड़े प्रूफ आ मैं दी पूरी हमायत करदा बंदे दी बलाज नु सदना दूं केड़े जाओ सारे नु सद के लिया नाले ओदी भैन नु भी सद के लिया कल की करतूत करन डे कल की करतूत करके आया तू तेरा लाज कर देना ही तेरा सही करके बंदा बन जा कल इन्हें फंडिया देना ही ये कल मेरा राह रोकदा मैं खड़ा जी नजर बड़ी मारी हो ठीक है ये अभी घर गया ही उथे ही मारी ने बंदे जे नवेंदा ही ठीक है तेनु असि छेलदा ना हुण की दस की करिए मिल गया ना इहदा प्रूफ चल चाचा हुण माफ कर दे यार मैनू नहीं पता ये बंदा इन्ना गंदा है पर इहनू माफ कर दे हुण किसे तरह भी ना थाने ना गल जान दी पता की गल आ कल नू इहदे घर दे कहणगे कि तू फसाता इहनू तेरे नाल गया ये ते बाद चो अपने सिर ते जो कुछ मर्जी करे हुण छड़ा दे ना घर दसी यार हुण पुत वो ते मैं तेरे करके छड्या ही कल ते सरपंच ने भी मेरे ते गल छोड़ दित्ती लामा ते देना ही पुत मैं तेरे घर मैं ते तेनू अगे भी कहा ही ते इह बंदियां दा साथ छड़ दे ते चल वे निकल जा दौड़ जा नजर ना आई कदे मेरे सामने पिंड च नजर ना आई चल दौड़ जा चल मेरे पंजा चा छड़ाता तू अज तो मैं साथ छड़ दांगा भरा इहदा बलवीर मुड़ा किथे गया तेरा बाहर गया बब्बू नाल मैं कहा बब्बू ने नाल ना भेजा कर कुड़ियां फिर सही शरारती बड़ा वा आप जुत्तियां खाएगा अभी नहीं मुड़दा ते हाशिका जी सासरीकाल जी बह जाओ ਹੋਰ ਸੁਣਾਓ ਕੀ ਹਾਲ ਜੇ ਬਸ ਵਧੀਆ ਵਧੀਆ ਹੋਰ ਸੁਣਾਓ ਕੀ ਹਾਲ ਆ ਤੁਹਾਡਾ ਕਿਰਪਾ ਹੈ ਮਾਲਕ ਦੀ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਸੀ ਪਹਿਲਾਂ ਮੈਂ ਉਹਦੇ ਡੈਡੀ ਨੂੰ ਕਹਿ ਦਿੱਤੀ ਸੀ ਗੱਲ ਪਰ ਤੁਹਾਡੇ ਮੁੰਡੇ ਨੇ ਮੰਨੀ ਨਹੀਂ ਮੇਰੀ ਅਤੇ ਬੱਬੂ ਨਾਲ ਬੜਾ ਫਿਰਦਾ ਵਾ ਅਤੇ ਨਾਲੇ ਬੱਬੂ ਉਹਨੂੰ ਖਾਂਦਾ ਵੀ ਬੜਾ ਵਾ ਅਤੇ ਨਾਲੇ ਬਕਤੋਈਆਂ ਵੀ ਬੜੀਆਂ ਕਰਦਾ ਵਾ ਨਾਲੇ ਉਹਨੂੰ ਵਰਤਦਾ ਵੀ ਬੜਾ ਵਾ ਅਤੇ ਨਾਲੇ ਉਹਦੇ ਇੱਠ ਪਿੱਛੇ ਜਿਹੜੀਆਂ ਨਾ ਗੱਲਾਂ ਵੀ ਬੜੀਆਂ ਕਰਦਾ ਜੋ ਬੱਬੂ ਨੇ ਅੱਗੇ ਵੀ ਬੜੇ ਛਿੱਤਰ ਖਾਧੇ ਸੀ ਅਤੇ ਤੁਹਾਡਾ ਮੁੰਡਾ ਵਿੱਚ ਆ ਕੇ ਨਾ ਉਹਨੂੰ ਛਡਾਉਂਦਾ ਵਾ ਅਤੇ ਉਹਨੇ ਵੀ ਕਿਸੇ ਦਿਨ ਖਾ ਖੂਹ ਲੈਣੀਆਂ ਜੋ ਅਤੇ ਮੁੜ ਕੇ ਨਾ ਕਿਹੋ ਫਿਰ ਲਾਮਾ ਦਿੱਤਾ ਸੀ ਅਸੀਂ ਤਾਂ ਬੜਾ ਕਿਹਾ ਆ ਅਤੇ ਨਹੀਂ ਮੁੜਦਾ ਸਾਡੇ ਆਖੇ ਨਹੀਂ ਲੱਗਦਾ ਅਸੀਂ ਬੜਾ ਸਮਝਾਇਆ ਉਹਨੂੰ ਆਸ਼ਾ ਵੀ ਸਭ ਆਈ ਸੀ ਉਹ ਵੀ ਮੈਨੂੰ ਲਾਮਾ ਦੇਣ ਡਈ ਸੀ ਵੀ ਮੁੰਡੇ ਨੂੰ ਰੋਕ ਲਿਆ ਉਹਦੇ ਨਾਲੋਂ ਨਹੀਂ ਮੁੜਦਾ ਤਾਂ ਕੀ ਕਰੀਏ ਕੋਈ ਨਹੀਂ ਪਿਓ ਇਹਦੇ ਨੂੰ ਦੱਸੂਗੀ ਆਪੇ ਛਿੱਤਰ ਫੇਰੇ ਹੈਗੇ ਕਹਿੰਦੇ ਮਾਣਾ ਆਇਆ ਸੀ ਅਤੇ ਆਸ਼ਾ ਆਈ ਸੀ ਅਤੇ ਲਾਮਾ ਦੇਣ ਡਏ ਸੀ ਉਹ ਕਹਿੰਦੇ ਵੀ ਤੂੰ ਬੱਬੂ ਨੂੰ ਉਹਨਾਂ ਦੇ ਪਿੰਡ ਲੈ ਕੇ ਗਿਆ ਸੀ ਅਤੇ ਵੇਖੀ ਤੈਨੂੰ ਵੀ ਉਹਨੇ ਵਿੱਚ ਜੁੱਤੀਆਂ ਪਾਉਣੀਆਂ ਸੀ ਅਤੇ ਤੇਰਾ ਹਾਲ ਵੇਖੀ ਕੀ ਕਰਨਾ ਸੀ ਉਹਨੇ ਉਹ ਬੜਾ ਗੰਦਾ ਬੰਦਾ ਸੀ ਉਹ ਅਤੇ ਉਹਦਾ ਨਾਲ ਬਹਿਣਾ ਖਲਾਉਣਾ ਜਿਹੜਾ ਨਾ ਛੱਡ ਦੇ ਨਹੀਂ ਤਾਂ ਮੈਂ ਤੇਰੇ ਪਿਓ ਨੂੰ ਦੱਸਣਾ ਸੀ ਅਤੇ ਤੈਨੂੰ ਆਪੇ ਸੂਤ ਉਹਨੇ ਕਰ ਲੈਣਾ ਆ ਕਿੰਨੇ ਵਾਰੀ ਤੈਨੂੰ ਮੈਂ ਅੱਗੇ ਵੀ ਕਿਹਾ ਆ ਤੂੰ ਨਹੀਂ ਮੇਰੇ ਆਖੇ ਲੱਗਦਾ ਅੱਗੇ ਵੀ ਤੈਨੂੰ ਕਿੰਨੇ ਵਾਰੀ ਉਹਨੇ ਫਸਾਇਆ ਏ ਅਤੇ ਤੈਨੂੰ ਫੇਰ ਨਹੀਂ ਅਕਲ ਆਉਂਦੀ ਅਤੇ ਕਿਤੇ ਹੋਰ ਨਾ ਕਿਤੇ ਤੈਨੂੰ ਫਸਾ ਦੇਵੇ ਅਤੇ ਆਪਣਾ ਪ੍ਰਬੰਧ ਕਰ ਲੈ ਗੰਦੀ ਬਹਿਣੀ ਨਾ ਬਹਿ ਅਤੇ ਆਪਣੇ ਕੰਮ ਨਾਲ ਵਾਸਤਾ ਰੱਖਿਆ ਕਰ ਤੋਈਆਂ ਵੀ ਬੜੀਆਂ ਤੇਰੀਆਂ ਕਰਦਾ ਆ ਲਾਂਬੇ ਚਾਂਬੇ ਗੱਲਾਂ ਕਰਦਾ ਆ ਅਤੇ ਇਹੋ ਜਿਹੇ ਬੰਦੇ ਦਾ ਸਾਥ ਛੱਡ ਦੇ ਧੋਖੇਬਾਜ਼ ਬੰਦੇ ਦਾ ਸਾਥ ਛੱਡਦੀ ਹੈ ਨਾ ਟਾਈਮ ਸਿਰ ਅਤੇ ਚੰਗਾ ਰਹਿੰਦਾ ਆ ਆਪਣਾ ਭਵਿੱਖ ਵਧੀਆ ਬਣਦਾ ਆ ਆਪਣੇ ਪੈਰ ਸੰਭਲ ਲੈਣੇ ਚਾਹੀਦੇ ਟਾਈਮ ਨਾਲ ਹੀ ਆਹੋ ਮੰਮਾ ਜੀ ਗਲਤੀ ਹੋ ਗਈ ਮੇਰੇ ਕੋਲ ਇਹੋ ਜਿਹੇ ਬੰਦੇ ਦਾ ਸਾਥ ਟਾਈਮ ਸਿਰ ਹੀ ਛੱਡ ਦੇਣਾ ਚਾਹੀਦਾ ਆ ਇਹਨੇ ਉੱਥੇ ਬੜੀ ਬੇਇੱਜ਼ਤੀ ਕਰਾਈ ਅਤੇ ਚਾਚੇ ਮਾਣੇ ਨੇ ਮੈਨੂੰ ਛਡਾਇਆ ਅਤੇ ਬਦਖੋਈਆਂ ਵੀ ਬੜੀਆਂ ਕਰਦਾ ਸੀ ਮੇਰੀਆਂ ਕਦੀ ਗੱਡੀ ਵੱਲੋਂ ਕਦੀ ਵਿਆਹ ਵੱਲੋਂ ਅਤੇ ਹੁਣ ਮੈਂ ਸਾਥ ਛੱਡ ਦਿੱਤਾ ਇੱਕ ਵਾਰ ਬਚਾਉਣਾ ਸੀ ਅਤੇ ਬਚਾ ਲਿਆ ਅਤੇ ਬਾਕੀ ਤੁਹਾਡੇ ਵਾਸਤੇ ਵੀ ਇੱਕ ਸਲਾਹ ਹੈ ਜੀ ਧੋਖੇਬਾਜ਼ ਅਤੇ ਗਦਾਰਾਂ ਤੋਂ ਬਚੋ ਕਿਉਂਕਿ ਇਹ ਤੁਹਾਡੀ ਪਿੱਠ 'ਤੇ ਛੁਰਾ ਕਦੇ ਨਾ ਕਦੇ ਖੋਭਣਗੇ ਜਿਹੜਾ ਬੰਦਾ ਤੁਹਾਡੀ ਬਦਖੋਈਆਂ ਕਰਦਾ ਪਿੱਠ ਪਿੱਛੇ ਅਤੇ ਉਹ ਤੁਹਾਡਾ ਕਦੀ ਸਕਾ ਨਹੀਂ ਹੋ ਸਕਦਾ ਭਾਵੇਂ ਯਾਰ ਹੋਵੇ ਅਤੇ ਭਾਵੇਂ ਕੋਈ ਵੀ ਹੋਵੇ ਇਸ ਕਰਕੇ ਉਸ ਬੰਦੇ ਤੋਂ ਹਮੇਸ਼ਾ ਪਰਹੇਜ਼ ਕਰੋ ਸਾਥ ਛੱਡੋ ਜਿਹੜਾ ਤੁਹਾਡੀਆਂ ਬਦਖੋਈਆਂ ਕਰਦਾ ਲੋਕਾਂ ਵਿੱਚ ਅਤੇ ਜਿਹੜਾ ਕਿਤੇ ਜਾ ਕੇ ਤੁਹਾਡਾ ਰੈਪੂਟੇਸ਼ਨ ਡਾਊਨ ਕਰਦਾ ਤੁਹਾਡੀ ਬਣੀ ਬਣਾਈ ਇੱਜ਼ਤ ਖਰਾਬ ਕਰਦਾ ਉਹਦਾ ਸਾਥ ਵਕਤ ਤੋਂ ਪਹਿਲਾਂ ਹੀ ਛੱਡ ਦੇਣਾ ਬਿਹਤਰ ਆ ਅਤੇ ਜੇ ਵੀਡੀਓ ਅੱਛੀ ਲੱਗੇ ਵਧੀਆ ਲੱਗੇ ਤਾਂ ਲਾਈਕ ਅਤੇ ਕਮੈਂਟ ਕਰਿਓ ਅਤੇ ਸ਼ੇਅਰ ਜ਼ਰੂਰ ਕਰਿਓ ਇੱਕ ਮੈਸੇਜ ਦਿੱਤਾ ਵੀਡੀਓ ਵਿੱਚ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ